ਪਹਿਲਾ ਕੰਮ ਵੈਲੀਆ ਨੇ ਵੈਲ ਖੱਟਣੇ ਨੀ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਪਹਿਲਾ ਕੰਮ ਵੈਲੀਆ ਨੇ ਵੈਲ ਖੱਟਣੇ ਨੀ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ ਦਰਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਦਰਤੇ ਬੁਲਾਉਂਦਾ ਜੱਟ ਬੱਕਰੇ ਨੀ ਤੇਰੇ ਦਰ ਤੇ क्या बात है ते सुर ते ताल दा सुमेल इत्थे पूरा बनया होया असी प्रभु म्यूजिकल ग्रुप दे हाउस दे विच अज खड़े हाँ ते मेरे नाल मास्टर जी मौजूद ने संगीतिक दे मास्टर ने इन्हां ने मास्टर बलविंदर सिंह तारा जी ते संगीत दे मास्टर ने क्योंकि तू भी जाना खाना तो नहीं बजा सकता सुनो तू भी दियाँ तारा अज की कहनियां ने ਚਮਕੀਲਾ ਹੋ ਗਿਆ ਹੋਰ ਕਿਹੜੇ ਕਿਹੜੇ ਸਿੰਗਰ ਤੁਸੀਂ ਕੱਢਦੇ ਹੋ ਤੂੰਬੀ ਤੇ ਟਿੱਲੇ ਤੋਂ ਸੁਰ ਦਿੰਦੀ ਹਰ ਦੇ ਆਉਣ ਦਿਓ ਲਓ ਜੀ ਮਾਨ ਸਾਹਿਬ ਆ ਗਏ ਇਹ ਲਾਸਟ ਵਾਲਾ ਗਾਣਾ ਕਿਹੜਾ ਸੀ ਮਾਸਟਰ ਜੀ ਮਾਸਟਰ ਜੀ ਇਹ ਤੂੰਬੀ ਦੀਆਂ ਤੁਰਾਂ ਸੁਰਾਂ ਆਪਾਂ ਛੇੜੀਆਂ ਨੇ ਤੂੰਬਾ ਨਹੀਂ ਵੱਜਦਾ ਤਾਰ ਬਿਨਾਂ ਮੇਰਾ ਜੀ ਨਹੀਂ ਲੱਗਦਾ ਯਾਰ ਬਿਨਾਂ ਜਾਂ ਤੂੰਬੇ ਅਤੇ ਹੋਰ ਆਪਾਂ ਬਹੁਤ ਸਾਰੀਆਂ ਗਾਣੇ ਵੀ ਬਣੇ ਨੇ ਅਤੇ ਤੂੰਬੀ ਦੀ ਜਿਹੜੀ ਰਚਨਾ ਕੀਤੀ ਸੀ ਆਪਾਂ ਸਾਰਿਆਂ ਨੇ ਮੇਲਾ ਤਾਂ ਪੜ੍ਹੀ ਹੈ ਵੀ ਉਹ ਲਾਲ ਚੰਦ ਯਮਲਾ ਜੱਟ ਜੀ ਨੇ ਕੀਤੀ ਸੀ ਜਿਹੜਾ ਜਿੱਥੇ ਤੱਕ ਮੈਂ ਪੜ੍ਹਿਆ ਵੀ ਤੂੰਬੀ ਦੀ ਉਹ ਲੈ ਕੇ ਆਏ ਸੀ ਤੂੰਬੀ ਨੂੰ ਐਂ ਹੀ ਮਾਸਟਰ ਜੀ ਦੇਖੋ ਜੀ ਮੈਂ ਤਾਂ ਉਹਨਾਂ ਤੋਂ ਵੀ ਪਹਿਲਾਂ ਤਾਂ ਵੀ ਦੇਖਦਾ ਤੂੰਬਾ ਤੂੰਬੀ ਹਾਂਜੀ ਇਹ ਨਹੀਂ ਪਰ ਉਹ ਪ੍ਰਸਿੱਧ ਬਹੁਤ ਜ਼ਿਆਦਾ ਲਾਲ ਚੰਦ ਜੀ ਜਮਲਾ ਜੀ ਦਾ ਕੋਈ ਹੈ ਨਹੀਂ ਉਹਨਾਂ ਦਾ ਕੋਈ ਤੋੜ ਨਹੀਂ ਸੀ ਉਹਨਾਂ ਦਾ ਕੋਈ ਮੇਲ ਹੈ ਨਹੀਂ ਸੀ ਕਿਸੇ ਦੇ ਨਾਲ ਉਹਨਾਂ ਦਾ ਬਾਕੀ ਉਹ ਸਾਡੇ ਥੰਮ ਸੀ ਉਹ ਸਾਡੇ ਹੱਥਾਂ 'ਚ ਤੂੰਬੀ ਉਹ ਫੜਾ ਗਏ ਜਮਲਾ ਜੀ ਹਾਂ ਮੈਂ ਜਿਹੜੇ ਚੱਕ ਅਸੀਂ ਲੈਸਨ ਪੜ੍ਹੇ ਆ ਨਾ ਕਿਤਾਬ ਦੇ ਵਿੱਚ ਪੰਜਾਬੀ ਦੀ 'ਚ ਅਤੇ ਲਾਲ ਚੰਦ ਜਦੋਂ ਤੂੰਬੀ ਦੀ ਗੱਲ ਆਉਂਦੀ ਹੈ ਅਤੇ ਲਾਲ ਚੰਦ ਯਮਲਾ ਜੱਟ ਦੀ ਗੱਲ ਨਾਲ ਉਹਨਾਂ ਦੇ ਤੂੰਬੀ ਦੇ ਛਿੜ ਜਾਂਦੀ ਆ Thank you.
क्या बात है। मास्टर जी सानू मिले अज क्योंकि प्रभु म्यूजिक हाउस से अजे आए तो असी कैच कर लिया, असी भी आए ही सीगे किसी नूं लभण ते पर मास्टर जी सानू उन्हां दे दर्शन हो गए दीदारे हो गए। मास्टर जी को इंसीडेंस ही हुंदा है ना भाई, रब बनी कई बार सुमेल ते मेल हो जाता है ना, ते जिवें गाउण वालिआं दे हुंदे आ ते अपना भी होया। मास्टर जी आपां बहि के सारीआं गल्लां बातां नाल करिए, तुंबे बारे भी पुछांगे तुंबी बारे भी पुछांगे। दो कैटेगरी होंगे या किन्ने नसल दे हुंदे आ इह? ਤੁੰਬਾ ਆਪਦੀ ਜਗ੍ਹਾ ਤੇ ਤੁੰਬੀ ਆਪਣੀ ਜਗ੍ਹਾ ਤੇ। ਕਿੰਨੀਆਂ ਪ੍ਰਜਾਤੀਆਂ ਹੋ ਗਈਆਂ ਮਿਊਜ਼ਿਕ ਲਾਈਨ ਦੇ ਵਿੱਚ ਇਹਨਾਂ ਦੀਆਂ, ਮਤਲਬ ਕਿੰਨੇ ਇੰਸਟਰੂਮੈਂਟ ਨੇ ਇਹ ਤੁੰਬੀ ਵਾਲੇ, ਤਾਰ ਵਾਲੇ? ਇਹ ਤਾਰ ਵਾਲੇ ਤਾਂ ਵਾਧੂ ਨੇ ਜੀ। ਜਿੰਨੇ ਵੀ ਕਦੇ ਹੋਣੇ ਕਿਉਂਕਿ ਹੁਣ ਤਾਂ ਹੋਰ ਵੀ ਬੜਾ ਕੁਝ ਚੱਲ ਗਿਆ। ਨਹੀਂ ਜਿਹੜੇ ਤੂੰ ਬੋਲਦੇ ਆ ਮਤਲਬ ਤੂੰ, ਤੂੰਬਾ ਮਤਲਬ ਤੂੰ। ਹਾਂਜੀ ਹਾਂਜੀ, ਤੂੰ ਤਾਰ ਨੇ ਵੱਜਣ ਵਾਲੇ ਸਾਜ਼ ਨੇ ਜਿਹੜੇ, ਤਾਂਤੀ ਸਾਜ਼ ਨੂੰ ਕਿਹਾ ਜਾਂਦਾ ਜੀ। ਤਾਂਤੀ ਸਾਜ਼ ਤਾਰ ਅਤੇ ਤੂੰਬੀ ਦੀਆਂ ਜਿਹੜੀਆਂ ਕੈਟੇਗਰੀਆਂ ਨੇ ਉਹ ਕਿੰਨੀਆਂ ਨੇ? ਤੂੰਬੀ ਤੂੰਬੀ ਤਾਂ ਤੂੰਬੀ ਆ ਜੀ, ਇਹ ਇਹਦਾ ਸਹਿਜ ਛੋਟਾ ਵੱਡਾ ਹੋ ਸਕਦਾ। ਤੂੰਬਾ ਵੱਡਾ, ਤੂੰਬਾ ਤੂੰਬਾ ਵੱਡਾ, ਤੂੰਬਾ ਵੱਡਾ, ਤੂੰਬੀ ਛੋਟੀ, ਤੂੰਬੀ ਛੋਟੀ, ਛੋਟੀ ਹੁੰਦੀ ਇਸ ਨੂੰ ਆਪਾਂ ਤੂੰਬੀ ਕਰਾਂਗੇ। ਇਹਦਾ ਇਹਦਾ ਕੱਦੂ ਵੱਡਾ ਹੋ ਜਾਵੇ, ਡੰਡਾ ਡੰਡਾ ਵਿੱਚ ਵੱਡਾ ਪੈ ਜਾਵੇ ਅਤੇ ਉਹਨੂੰ ਆਪਾਂ ਤੂੰਬਾ ਬਣਾ ਲਾਂਗੇ। ਠੀਕ ਹੈ, ਕੋਈ ਹੈ ਮਾਸਟਰ ਜੀ ਤੁਹਾਡੇ ਪਿੱਛੇ ਨੂੰ ਥੋੜ੍ਹਾ ਜਿਹਾ ਚੱਲਦੇ ਹਾਂ, ਸਫ਼ਰ ਬਾਰੇ ਥੋੜ੍ਹਾ ਜਿਹਾ ਮਾਰਦੇ ਹਾਂ ਝਾਤ ਉਹਦੇ 'ਤੇ, ਅਤੇ ਦੋਸਤ ਵੀ ਬਰਕਰਾਰ ਹੋਣਗੇ, ਉਤਸੁਕ ਹੋਣਗੇ ਤੁਹਾਡੇ ਬਾਰੇ ਜਾਣਨ ਨੂੰ। ਅਤੇ ਬੈਠੀਏ ਜੀ, ਅੱਜ ਮਾਸਟਰ ਜੀ ਨਾਲ ਗੱਲਾਂ ਬਾਤਾਂ ਕਰਦੇ ਹਾਂ। ਮਾਸਟਰ ਜੀ ਕਿੰਨਾ ਕਿੰਨਾ ਸਿੰਗਰਾਂ ਨਾਲ ਹੁਣ ਤੱਕ ਕੰਮ ਕੀਤਾ ਜਾਂ ਕਦੋਂ ਤੇ ਵਜਾਉਣਾ ਸ਼ੁਰੂ ਕੀਤਾ, ਕਦੋਂ ਤੇ ਸ਼ੌਂਕ ਪਿਆ ਤਾਂ ਹੋਰ ਇਹਦੇ ਨਾਲ ਨਾਲ ਕੀ ਕੀਤਾ ਸੀਗਾ? ਮੈਂ ਜਦੋਂ ਚੌਥੀ ਪੰਜਵੀਂ 'ਚ ਪੜ੍ਹਦਾ ਸੀ ਨਾ, ਉਦੋਂ ਤੋਂ ਮੈਨੂੰ ਗਾਉਣ ਦਾ ਸ਼ੌਕ ਸੀ। ਜਦੋਂ ਸ਼ਨੀਵਾਰ ਨੂੰ ਮੀਟਿੰਗ ਹੁੰਦੀ ਸੀ ਜਾਂ ਗਾਉਣ ਵਜਾਉਣ ਹੁੰਦਾ ਸੀ ਸਕੂਲਾਂ ਦੇ ਵਿੱਚ, ਅਕਸਰ ਮੈਨੂੰ ਮਾਸਟਰ ਉਠਾ ਲੈਂਦੇ ਸੀ, 4-5 ਰੁਪਏ ਅੰਦਰ ਉਠੋ ਗਾ, ਮੈਂ ਗਾਉਣਾ ਜੋ ਵੀ ਮੈਨੂੰ ਆਉਣਾ ਮੈਂ ਉਹ ਸੁਣਾਉਣਾ। ਅਤੇ ਫਿਰ ਮੈਨੂੰ ਤੂੰਬੀ ਦਾ ਮੇਰਾ ਇੱਧਰ ਬਹੁਤ ਝੁਕਾ ਸੀ, ਤੂੰਬੀ ਮੇਰਾ ਮਾਮੇ ਦਾ ਮੁੰਡਾ ਵਜਾਉਂਦਾ ਹੁੰਦਾ ਸੀ ਤੂੰਬੀ, ਅਤੇ ਮੈਂ ਉਦੋਂ ਪੜ੍ਹਦਾ ਸੀ। ਉਹਨੇ ਜਦੋਂ ਤੂੰਬੀ ਵਜਾਉਣੀ, ਤੂੰਬੀ ਵਜਾ ਕੇ ਉਹਨੇ ਟੰਗ ਇੱਥੇ ਸਾਗਾ ਰੱਖ ਦੇਣੀ ਅਤੇ ਕੰਮ 'ਤੇ ਚਲੇ ਜਾਣਾ। ਜਦੋਂ ਮੈਨੂੰ ਸਕੂਲ ਤੋਂ ਛੁੱਟੀ ਹੋਣੀ, ਜਦੋਂ ਮੈਂ ਦੇਖਾਂ ਵੀ ਤੂੰਬੀ ਖਾਲੀ ਪਈ ਹੈ, ਉਹ ਹੈ ਨਹੀਂ, ਉਹ ਕੰਮ 'ਤੇ ਗਿਆ, ਮੈਂ ਚੱਕਣੀ ਤੂੰਬੀ, ਚੱਕ ਕੇ ਤੂੰਬੀ ਮੈਂ ਵਜਾਉਣੀ, ਆਪਣਾ ਆਪਣਾ ਰਾਂਝਾ ਰਾਜੀ ਕਰ ਲੈਣਾ। ਇੱਕ ਦਿਨ ਦੀ ਗੱਲ, ਐਸੀ ਗੱਲ ਹੋਈ, ਤੂੰਬੀ ਦੀ ਤਾਰ ਟੁੱਟ ਗਈ, ਤਾਰ ਟੁੱਟ ਕੇ ਮੈਂ ਕਿਹਾ ਲੈ ਵੀ ਹੁਣ ਪੰਗਾ ਪਊਗਾ, ਭਾਅ ਜੀ ਤਾਂ ਬਹੁਤ ਬੋਲਣਗੇ ਹੈ ਨਾ। ਉਹ ਮੈਂ ਕੀ ਕੀਤਾ, ਉੱਦਾਂ ਹੀ ਤੂੰਬੀ ਹੈ ਇੱਦਾਂ ਕੱਪੜੇ 'ਚ ਕਵਰ ਕਰਕੇ ਐਂ ਟੰਗੀ ਹੁੰਦੀ ਸੀ, ਉਹ ਜਦੋਂ ਟੁੱਟ ਗਈ ਤਾਰ ਮੈਂ ਉਵੇਂ ਕਰੀ ਕਾਈ ਕਵਰ ਕਰਕੇ ਅਤੇ ਉੱਦਾਂ ਹੀ ਟੰਗਤੀ। ਜਦੋਂ ਭਾਅ ਜੀ ਸ਼ਾਮ ਨੂੰ ਆਏ, ਉਹ ਮੈਨੂੰ ਕਹਿੰਦੇ ਲਵਿੰਦਰ ਆ ਤੂੰਬੀ, ਉਹਨੇ ਜਦੋਂ ਦੇਖਿਆ ਨਾ ਰੋ ਕੇ ਵਿਹਲਾ ਹੋ ਕੇ ਜਦੋਂ ਦੇਖਿਆ ਵੀ ਉਹਨੇ ਬਚਾਵਾਂ, ਉਹਨੇ ਦੇਖਿਆ ਤਾਰ ਟੁੱਟੀ ਸੀ, ਮੈਨੂੰ ਕਹਿੰਦਾ ਤਾਰ ਟੁੱਟੀ ਹੈ, ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਹੈਗਾ ਵੀ ਇੱਥੇ ਚਿੜੀਆਂ ਲੜਦੀਆਂ ਸੀਆਂ। ਤੁਸੀਂ ਝੂਠ ਬੋਲਦਾ? ਮੈਂ ਝੂਠ ਬੋਲਣਾ ਸੀ, ਅਤੇ ਮੈਂ ਕਿਹਾ ਚਿੜੀਆਂ ਇੱਥੇ ਲੜਦੀਆਂ ਸੀ ਉੱਥੇ ਬੈਠੀਆਂ ਸੀਆਂ, ਅਤੇ ਉਹ ਤੂੰਬੀ ਮੈਂ ਕਤਲੇ ਡਿੱਗ ਪਈ, ਮੈਂ ਚੱਕੀ ਤਾਂ ਰੱਖਦੀ, ਮੈਂ ਤਾਂ ਦੇਖੀ ਨਹੀਂ ਵੀ ਤਾਰ ਟੁੱਟੀ ਹੈ ਜਾਂ ਨਹੀਂ, ਉਦੋਂ ਹੀ ਮੈਂ ਡੰਗਤੀ, ਮੈਂ ਕਿਹਾ ਟੁੱਟ ਗਈ ਹੋਣੀ, ਅਤੇ ਮੈਂ ਖੜਾ, ਮੇਰਾ ਖੜਾ ਟੁੱਟ ਗਿਆ ਇਹਨੇ 'ਚ, ਯਕੀਨ ਹੋ ਗਿਆ ਉਹਨਾਂ ਨੂੰ, ਉਹਨੂੰ ਯਕੀਨ ਹੋ ਗਿਆ ਵੀ ਵਾਕਈ ਸਹੀ ਗੱਲ ਹੈ ਵੀ ਤਾਰ ਟੁੱਟ ਗਈ। ਜੇ ਹਾਂ ਕਹਿ ਦਿੰਦੇ ਫਿਰ ਰਿਐਕਸ਼ਨ ਕੀ ਹੈ? ਫਿਰ ਮੈਨੂੰ ਬੋਲਣਾ ਸੀ ਉਹਨੇ, ਅਤੇ ਮੈਨੂੰ ਤੂੰਬੀ ਨਹੀਂ ਚੱਕਣ ਦੇਣੀ ਜਿਹੜੀ ਮੈਂ ਬਜਾ ਲੈਂਦਾ ਸੀ ਨਾ ਬਾਅਦ 'ਚ, ਅਤੇ ਫਿਰ ਮੈਨੂੰ ਉਹਨੂੰ ਥੋੜ੍ਹਾ ਚੱਕਣ ਦੇਣੀ ਉਹਨੇ। ਤੁਹਾਡੇ ਗੁਰੂ ਉਹੀ ਬਣੇ? ਗੁਰੂ ਤਾਂ ਫਿਰ ਉਹੀ ਸੀ ਜਦੋਂ ਮੈਂ ਸੇਧ ਹੀ ਉੱਥੋਂ ਲਈਏ, ਉੱਥੋਂ ਹੀ ਹੌਲੀ 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 ਕਰਕੇ, ਪਿੰਡ 'ਚ ਸੀਗੇ, ਪਿੰਡ 'ਚ ਕੋਈ ਸਿਖਾਉਣ ਵਾਲਾ ਤਾਂ ਹੈ ਨਹੀਂ। ਉਹ ਕੇਰੀ ਤਾਰ ਟੁੱਟੀ ਅਤੇ ਉਦੋਂ ਬਾਅਦ ਤਾਂ ਨਹੀਂ ਟੁੱਟੀ ਕਦੇ? ਨਾ ਨਾ, ਫਿਰ ਦੀ ਮੈਂ ਟੁੱਟਣ ਦਿੱਤੀ ਤਾਰ, ਫਿਰ ਨਹੀਂ ਟੁੱਟਣ ਦਿੱਤੀ, ਫਿਰ ਮੈਨੂੰ ਸਮਝ ਲੱਗ ਗਈ ਵੀ ਇਹ ਤਾਰ ਕਿਉਂ ਟੁੱਟਦੀ ਹੈ। ਓਕੇ, ਹਾਂਜੀ ਹਾਂਜੀ, ਅਤੇ ਇਹ ਤਾਰ ਉਹ ਟੁੱਟੀ ਕਿਉਂ ਸੀ ਮਾਟਰ ਜੀ? ਉਹ ਟਾਈਟ ਬੰਦ ਕਰਦੀ ਸੀ? ਨਹੀਂ, ਟਾਈਟ ਬੰਦ ਦੀ ਨਹੀਂ ਗੱਲ ਹੁੰਦੀ, ਇਹਦੇ 'ਚ ਉਂਗਲ ਅੜ ਜਾਂਦੀ ਹੈ, ਕਈ ਵਾਰ ਜਦੋਂ ਉਂਗਲ ਅੜ ਜੇ ਨਾ ਤਾਰ ਟੁੱਟ ਜਾਂਦੀ। ਅਤੇ ਜਦੋਂ ਹੁਣ ਰਿਆਜ਼ ਹੁੰਦਾ ਗਿਆ, ਰੈਲੀ ਹੁੰਦੀ ਗਈ, ਹੱਥ ਉਂਗਲ ਚੱਲਣ ਲੱਗ ਗਈ, ਫਿਰ ਤਾਂ ਟੁੱਟਣ ਤਾਂ ਮਤਲਬ ਹੀ ਨਹੀਂ ਕੋਈ, ਤਾਰ ਉਦੋਂ ਟੁੱਟਦੀ ਆ। ਕਲਾ ਜਿਹੜਾ ਵਜਾਉਣ ਵਾਲਾ ਵਜੰਤਰੀ ਆ ਉਹਦੇ ਕੋਲ ਤਾਰ ਕਦੇ ਟੁੱਟੂਗੀ ਨਹੀਂ। ਹਾਂ, ਜਿਹੜਾ ਵਜੰਤਰੀ ਆ ਉਹ ਧੋਣੀ ਫਿਰ ਟੁੱਟਣਾ, ਉਹਦੇ ਕੋਲ ਤਾਰ ਕਦੇ ਟੁੱਟੂਗੀ ਨਹੀਂ। ਹਾਂ, ਤਾਰ 'ਚ ਕੋਈ ਮਰੋੜੀ ਪੈ ਜਾਵੇ, ਕਸੀ ਜਾਵੇ, ਮਰੋੜੀ ਪੈ ਜਾਵੇ ਤਾਂ ਫਿਰ ਟੁੱਟ ਜਾਂਦੀ, ਮਰੋੜੀ ਪਈ ਨਹੀਂ ਤਾਂ ਤਾਰ ਟੁੱਟੀ ਨਹੀਂ, ਫਿਰ 8 ਮਿੰਟਾਂ ਤੋਂ ਪਹਿਲਾਂ ਟੁੱਟ ਜਾਊ। ਕੱਦੂ 'ਚ ਡੰਡਾ ਇਹਨੂੰ ਫਸਾਉਣਾ ਕਹਿੰਦੇ ਸੀ ਅੱਗੇ, ਅਤੇ ਐਵੇਂ ਹੀ ਆ ਇਹ। ਅਤੇ ਮਾਸਟਰ ਜੀ ਇਹਦੇ ਨਾਲ ਨਾਲ ਆਪਣਾ ਕੀ ਕੰਮ ਸੀ ਜਾਂ ਕੀ ਤੁਸੀਂ ਕੀਤਾ? ਮੈਂ ਪੜ੍ਹਦਾ ਹੀ ਸੀ, ਪੜ੍ਹਦਾ ਮੈਂ ਤੂੰਬੀ ਵਜਾਉਂਦਾ ਰਿਹਾ। ਜਦੋਂ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ, ਮੈਂ ਕਿਹਾ ਵੀ ਇਹ ਰੋਜ਼ ਤੂੰਬੀ ਇਹਦੀ ਚੱਕਣੀ ਮੈਨੂੰ ਚੰਗੀ ਨਹੀਂ ਲੱਗੀ, ਫਿਰ ਮੈਂ ਆਪ ਤਿਆਰ ਕੀਤੀ। ਮੈਂ ਕਿਸੇ ਕੋਲ ਜਿਹੜਾ ਤਬਲੇ ਵਜਾਉਣਾ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਖਲ ਦੇ ਦੇ, ਉਹ ਕਹਿੰਦਾ ਢੋਲਕੀ ਦੀਆਂ ਖਲਾਂ ਬਥੇਰੀਆਂ ਪੀਣ, ਉਹਨੇ ਖਲ ਮੈਂ ਦਿੱਤੀ, ਮੈਂ ਕੱਲ ਲੈ ਕੇ ਕੱਦੂ ਆਮ ਹੁੰਦੇ ਸੀ, ਹੁਣ ਤਾਂ ਯੂਨੀਵਰਸਿਟੀ ਨੇ ਇਹਦੀ ਨਸਲ ਵਿਗਾੜ ਦਿੱਤੀ। ਖਲ ਕਿਹੜੀ ਲੱਗਦੀ ਆ? ਖਲ ਆਹ ਆਪਣੇ ਬੱਕਰੇ ਦੀ ਖਲ ਹੁੰਦੀ, ਜਿਹੜੀ ਢੋਲਕੀ 'ਤੇ ਚੱਲ ਲੱਗਦੀ ਹੈ ਨਾ, ਢੱਡਾਂ 'ਤੇ ਲੱਗਦੀ, ਇਹ ਖਲ ਇਹੋ ਹੀ ਚੱਲਦੀ ਹੈ ਇਹਦੇ 'ਤੇ। ਇਹ ਬਰੀਕ ਨਹੀਂ ਹੁੰਦੀ ਫਿਰ? ਇਹ ਤਾਂ ਅੱਧੀ ਵੱਜਦੀ ਹੈ, ਉਹੀ ਹੁੰਦੀ, ਜੇ ਮੋਟੀ ਹੋਊ ਤਾਂ ਫਿਰ ਇਹਨੇ ਬੋਲਣਾ ਨਹੀਂ ਹੈਗਾ, ਇਹ ਬਰੀਕ ਤੋਂ ਬਰੀਕ ਖਾਲੇ ਤੇ ਜਾਂਦੀ ਹੈ, ਜਿੰਨੀ ਬਰੀਕ ਹੋ ਜਾਏ ਉਨੀ ਖਾਲੇ ਤੇ। ਮਾਡਰੀ ਤੁਸੀਂ ਦੱਸਿਆ ਵੀ ਪੁਲਿਸ ਵਾਲਾ ਜਿਹੜੀ ਨੌਕਰੀ ਵੀ ਨਾਲ ਦੀ ਨਾਲ ਕੀਤੀ ਆ, ਉਹ ਕਦੋਂ ਫਿਰ ਜੁਆਇਨ ਕੀਤੀ ਸੀ?
ਉਹ ਫਿਰ ਮੈਂ ਜਦੋਂ ਇੱਥੇ ਆ ਗਿਆ ਤੇ ਮੈਂ ਮਾਨਕ ਨਾਲ ਹੁੰਦਾ ਸੀਗਾ, ਕੁਲਦੀਪ ਮਾਨਕ ਨਾਲ, ਉਸ ਤੋਂ ਬਾਅਦ KPS ਗਿੱਲ ਸਾਹਿਬ ਹੁੰਦੇ ਸੀ ਜਿਹੜੇ, ਉਹ ਇਹਨਾਂ ਦੀ ਯਾਰੀ ਦੋਸਤੀ ਹੁੰਦੀ ਸੀ ਕੁਲਦੀਪ ਮਾਨਕ ਨਾਲ। ਹਾਲਾਤ ਖਰਾਬ ਹੋ ਗਏ, KPS ਗਿੱਲ ਸਾਹਿਬ ਮਾਨਕ ਕੋਲ ਆ ਕੇ ਬੈਠ ਕੇ ਕਹਿੰਦਾ ਵੀ ਚੱਲ ਬਈ ਆ ਮੁੰਡੇ ਚੱਲ ਪ੍ਰੋਗਰਾਮ 'ਤੇ ਜਾਣਾ। ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਹੈਗਾ, ਅਤੇ ਵੀ ਹਾਲਾਤ ਖਰਾਬ ਨੇ, ਹੈ ਵੀ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ, ਇਹਦੇ ਬੱਚੇ ਇਹਨਾਂ ਦੇ ਰੁਲ ਜਾਣਗੇ ਇਸ ਤਰ੍ਹਾਂ ਪ੍ਰੋਬਲਮ ਆਊ। ਉਹ ਕਹਿੰਦਾ ਇੱਦਾਂ ਕਰ, ਕਹਿੰਦਾ ਵੀ ਤੂੰ ਫਿਰ ਕਿੱਦਾਂ ਕਰੀਏ, ਕਹਿੰਦਾ ਵੀ ਇੱਦਾਂ ਤੂੰ ਇਹਨਾਂ ਨੂੰ ਭਰਤੀ ਕਰ ਲਾ। ਉਹਨਾਂ ਨੇ ਫਿਰ ਸਾਨੂੰ ਇੱਥੇ ਸੀਗੇ ਆਪਣੇ SAP ਸਾਹਿਬ ਢਿੱਲੋਂ ਸਾਹਿਬ, ਹਰਦੀਪ ਸਿੰਘ ਢਿੱਲੋਂ ਸੀਗੇ, ਉਹਨਾਂ ਨੇ ਫਿਰ ਸਾਨੂੰ ਭਰਤੀ ਕੀਤਾ। ਪੜ੍ਹਾਈ ਲਿਖਾਈ ਥੋੜ੍ਹੀ ਯੋਗ ਸੀਗੇ ਤੁਸੀਂ ਅਤੇ ਪੁਲਿਸ 'ਚ ਭਰਤੀ ਹੋ ਗਏ? ਯੋਗ ਤਾਂ ਸੀਗਾ ਹੀ, ਮੈਂ ਤਾਂ ਇਹਦੇ ਆਹ ਤੂੰਬੀ ਦੀ ਬਦੌਲਤ, ਮੈਂ ਲਗੋਜਾਂ ਦੀ ਬਦੌਲਤ ਮੈਂ ਭਰਤੀ ਹੋਇਆ। ਮੈਨੂੰ ਪੜ੍ਹਾਈ ਲਿਖਾਈ ਤਾਂ ਮੈਨੂੰ ਥੋੜ੍ਹਾ ਪੁੱਛਿਆ ਉਹਨਾਂ ਨੇ ਵੀ ਤੂੰ ਪੜ੍ਹਿਆ ਕਿ ਨਹੀਂ। ਅੱਛਾ, ਮਿਊਜ਼ਿਕ ਨੇ ਤੁਹਾਨੂੰ ਪੁਲਿਸ 'ਚ ਭਰਤੀ ਕਰਾਤਾ? ਹਾਂਜੀ ਹਾਂਜੀ, ਕਿਆ ਬਾਤ ਹੈ ਦੋਸਤੋ, ਮਿਊਜ਼ਿਕ ਦੀ ਪਾਵਰ ਦੇਖ ਲਓ ਕਿੱਡੀ ਆ। ਅਤੇ KPS ਗਿੱਲ ਸਾਹਿਬ ਦਾ ਮੈਂ ਸੁਣਿਆ ਵੀ ਮਾਨਕ ਸਾਹਿਬ ਨਾਲ ਬਹੁਤ ਸਹਿਚਾਰ ਅਤੇ ਪਿਆਰ ਸੀਗਾ, ਹੈ ਨਾ? ਅਤੇ ਉਹ ਵੀ ਗਾਉਣ ਵਜਾਉਣ ਦੇ, ਫਿਰ ਤੁਸੀਂ ਉਹਨਾਂ ਨਾਲ ਕਿੰਨੀਆਂ ਸਟੇਜਾਂ ਲਾਈਆਂ ਜਾਂ ਉਹਨਾਂ ਨੂੰ ਸੁਣਾਇਆ? ਮਾਨਕ ਸਾਹਿਬ ਨਾਲ, ਮਾਨਕ ਸਾਹਿਬ ਨਾਲ ਅਤੇ KPS ਗਿੱਲ ਸਾਹਿਬ ਨੂੰ, ਉਹਨਾਂ ਨੂੰ ਤਾਂ ਪਤਾ ਹੀ ਸੀ, ਉਹ ਤਾਂ ਸੁਣਦੇ ਹੀ ਰਹਿੰਦੇ ਸੀ ਸਾਨੂੰ ਬਿਨਾਂ ਸਟੇਜ ਤੋਂ ਹੀ। ਸਟੇਜ ਤੋਂ ਬਗੈਰ ਵੀ ਕਦੇ ਕਦੇ ਉਹਨਾਂ ਨੂੰ, ਹੁਣ ਥੋੜ੍ਹਾ ਜਵਾਬ ਦੇਣਾ ਹੁੰਦਾ ਸੀ। ਨਹੀਂ ਉਹ ਫਿਰ ਪੁਲਿਸ ਪੁਲਿਸ ਵਾਲੇ ਹਿਸਾਬ ਨਾਲ ਤਾਂ ਨਹੀਂ ਕਹਿੰਦੇ ਚਲੋ ਮਾਨਕਾ ਗਾ? ਉਹ ਮਾਨਕ ਸਾਹਿਬ ਦੇ ਬਹੁਤ ਦੋਸਤ ਸੀਗੇ, ਉਹ ਸਿੱਧੇ ਇੱਕ ਦੂਜੇ ਨੂੰ ਸਿੱਧੇ ਹੀ ਬੋਲਦੇ ਸੀ ਉਹ। ਅੱਛਾ, ਉਹਨਾਂ ਦਾ ਐਂ ਨਹੀਂ ਸੀ ਲੱਗਦਾ ਵੀ ਦੂਜਾ ਦੇਖਣਾ ਕਿ ਨਾ ਇਹ ਕਿੱਦਾਂ ਅਫਸਰ ਸੀਗੇ ਲੋਕਾਂ ਵਾਸਤੇ, ਕੁਲਦੀਪ ਮਾਨਕ ਵਾਸਤੇ ਥੋੜ੍ਹਾ ਸੀ ਅਫਸਰ, ਉਹਨਾਂ ਦੇ ਦੋਸਤ ਸੀ। ਤੁਸੀਂ ਫਿਰ ਕਿੰਨਾ ਕੁ ਸਮਾਂ ਮਾਨਕ ਸਾਹਿਬ ਨਾਲ ਯਾਦਾਂ ਜਿਹੜੀਆਂ ਨੇ, ਕੋਈ ਐਸੀ ਗੱਲ ਸਾਨੂੰ ਅੱਜ? ਬੜਾ ਚਿਰ ਮੈਂ ਉਹਨਾਂ ਦੇ ਨਾਲ ਗੁਜ਼ਾਰਿਆ, ਸਟੇਜਾਂ ਦੇ ਪ੍ਰੋਗਰਾਮ ਦੇ ਵੀ ਗੁਜ਼ਾਰਿਆ। ਉਸ ਤੋਂ ਬਾਅਦ ਫਿਰ ਮੈਂ ਦਿਲਸਾਦ ਅਖਤਰ ਨਾਲ, ਦਿਲਸਾਦ ਅਖਤਰ ਨਾਲ ਵੀ ਮੈਂ ਕਾਫੀ ਚਿਰ ਕੀਤਾ ਕੰਮ, ਫਿਰ ਕੁਲਦੀਪ ਕੌਰ ਨਾਲ ਕੀਤਾ ਕਾਫੀ ਚਿਰ ਕੰਮ, 5-6 ਸਾਲ ਮੈਂ ਕੁਲਦੀਪ ਕੌਰ ਨਾਲ ਵੀ ਲੱਗਿਆ। ਅਤੇ ਉਸ ਤੋਂ ਬਾਅਦ ਫਿਰ ਮੈਂ ਰਿਕਾਰਡਿੰਗ ਫਿਰ ਮੈਂ ਕਲਾਕਾਰਾਂ ਨੂੰ ਘਟਾਤਾ, ਫਿਰ ਮੇਰੀ ਰਿਕਾਰਡਿੰਗ ਇਹ ਕੰਮ ਫਿਰ ਮੈਥੋਂ ਮੁੱਕਿਆ ਨਹੀਂ, ਮੁੱਕਿਆ ਨਹੀਂ ਕਿਤੇ ਕਿਸੇ ਦੀ ਰਿਕਾਰਡਿੰਗ, ਦੋਰੋ ਤਿੰਨ ਤਿੰਨ ਸਟੂਡੀਓ 'ਚ ਮੈਂ ਜਾਣਾ। ਕਿਹੜੇ ਕਿਹੜੇ ਰਿਕਾਰਡਡ ਗਾਣੇ ਜਿਹੜੇ ਨੇ ਬੋਲਦੇ ਪਏ ਆ ਮਾਰਕੀਟ ਦੇ ਵਿੱਚ, ਕਿੰਨਾ 'ਚ ਵਜਾਇਆ ਵਾ? ਬਾਲੀਵੁੱਡ ਦਾ ਵੀ ਕਦੇ ਆਇਆ ਆਫਰ? ਬਾਲੀਵੁੱਡ ਦੇ ਵਿੱਚ ਸਿੰਘ 'ਚ ਕਿੰਗ ਦੀ ਰਿਕਾਰਡਿੰਗ ਮੇਰੀ। ਹਾਂਜੀ, ਕਿਆ ਬਾਤ ਹੈ! ਲਾਭ ਜੰਜੂ ਨੇ ਗਾਇਆ ਸੀ, ਉਹ ਪ੍ਰੀਤਮ ਜੀ ਨੇ ਰਿਕਾਰਡਿੰਗ ਕੀਤੀ, ਬੰਬੇ ਜਾ ਕੇ ਮੈਂ ਰਿਕਾਰਡ ਕਰਕੇ ਆਇਆ ਸੀ। ਕਿਆ ਬਾਤ ਹੈ! ਹਾਂਜੀ, ਅਤੇ ਇਹ ਤੁਹਾਡਾ ਸਫ਼ਰ ਰਿਹਾ। ਮਾਸਟਰ ਜੀ, ਇੱਕ ਮੈਂ ਤੂੰਬੀ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਣਾ, ਇਹਦੇ ਉੱਪਰ ਜਾਂ ਇਹਦੇ ਨਾਲ ਤਾਰ ਜਾਂ ਇਹਦਾ ਡੰਡਾ ਕਿੱਦਾਂ ਦਾ, ਕਿਸ ਪ੍ਰਕਾਰ ਦਾ, ਕਿਹੜੀ ਲੱਕੜ ਦਾ ਹੁੰਦਾ, ਅਤੇ ਇਹਦਾ ਕੱਦੂ ਕਿਹੜਾ ਹੁੰਦਾ ਵਾ, ਉਹ ਵੀ ਸਾਨੂੰ ਅੱਜ ਸਾਰਾ ਦੱਸ ਦਿਓ। ਕੱਦੂ ਜਿਹੜਾ ਲੌਕੀ ਹੈ, ਜਿਹੜਾ ਮੈਂ ਘੀਆ ਕੱਦੂ ਆ, ਉਹ ਕੱਦੂ, ਇਹ ਕੱਦੂ ਹੁੰਦਾ ਉਹ। ਓਕੇ, ਅਤੇ ਇਹਦੇ ਵਿੱਚ ਡੰਡਾ ਤੁਸੀਂ ਬੇਰੀ ਦਾ ਪਾ ਲਓ, ਸਾਲ ਦਾ ਪਾ ਲਓ, ਜਾਂ ਤੁਸੀਂ ਸਾਗਵਾਨ ਦਾ ਪਾ ਲਓ, ਜਿਸ ਤਰ੍ਹਾਂ ਦੀ ਵੀ ਜਿੱਦਾਂ ਤੁਸੀਂ ਲੱਕੜੀ ਚਾਹੁੰਦੇ ਹੋ ਨਾ, ਉਹ ਇਹਦੇ 'ਚ ਡੰਡਾ ਤੁਸੀਂ ਪਾ ਸਕਦੇ ਹੋ। ਅੱਜ ਕੱਲ੍ਹ ਵੇਰੀਏਸ਼ਨ ਆ ਗਈ ਤੂੰਬੀ ਦੇ ਵਿੱਚ, ਤੁਸੀਂ ਆਹ ਦੇਖ ਰਹੇ ਹੋ ਦੋਸਤੋ, ਆਹ ਲੱਕੜ ਇੱਥੋਂ ਪਤਲੀ ਜੀ ਆ, ਪਹਿਲਾਂ ਤਾਂ ਇਹ ਸਿੱਧੀ ਡੰਡਾ ਟਾਈਪ ਹੀ ਹੁੰਦਾ ਸੀਗਾ, ਅਤੇ ਇੱਧਰ ਕੱਦੂ ਹੁੰਦਾ ਸੀਗਾ। ਇਹਦੇ ਵਿੱਚ ਇਸ ਤਰ੍ਹਾਂ ਜੀ, ਜਦੋਂ ਆਹ ਦੇਖੋ ਹੁਣ, ਆਹ ਹੁਣ ਜਗ੍ਹਾ ਸਾਨੂੰ ਸਪੇਸ ਹੈਗਾ, ਹਾਂ ਜਗ੍ਹਾ ਹੈਗੀ ਜੀ ਤੂੰਬੀ, ਅੱਗੇ ਜੇ ਜਗ੍ਹਾ ਗੋਲ ਹੁੰਦਾ ਇਹ ਜਗ੍ਹਾ ਘੱਟ ਹੋਣੀ ਸੀ, ਅਤੇ ਉਹ ਗਲੀ 'ਚ ਫਸਦੀ ਰਹਿਣੀ ਸੀ। ਓਕੇ, ਇਸ ਕਰਕੇ ਤਕਨੀਕ ਬਣ ਗਈ, ਜਿਉਂ ਜਿਉਂ ਜ਼ਮਾਨਾ ਅੱਗੇ ਤੇਜ਼ ਹੁੰਦਾ ਜਾਂਦਾ, ਤਿਉਂ ਤਕਨੀਕ ਵੱਧ ਜਾਂਦਾ, ਬੰਦਾ ਕੋਈ ਨਾ ਕੋਈ ਮਤਲਬ ਇਹਨੂੰ ਪਰਖ ਕੀਤੀ ਵੀ ਤਾਰਾਂ ਤੂਰਾਂ ਵੀ ਟੁੱਟਣ ਦਾ, ਤੁਸੀਂ ਕਹਿੰਦੇ ਉਂਗਲੀ ਫਸ ਜਾਂਦੀ ਤਾਰ ਟੁੱਟਣ ਦਾ ਵੀ ਕਾਰਨ ਹੁੰਦਾ ਸੀ। ਬਿਲਕੁਲ ਬਿਲਕੁਲ, ਹੁਣ ਕੋਈ ਐਸੀ ਗੱਲ ਨਹੀਂ, ਹੁਣ ਉਂਗਲੀ ਵੀ ਬੜੀ ਵਧੀਆ ਚੱਲ ਜਾਂਦੀ ਹੈ। ਅਤੇ ਮਾਸਟਰ ਜੀ, ਇੱਕ ਨਾਲ ਦੀ ਨਾਲ ਇਹਦੇ ਛੱਲਾ ਵੀ ਪਾਉਣਾ ਪੈਂਦਾ ਦੋਸਤੋ, ਉਹ ਮਾਸਟਰ ਜੀ ਨੇ ਪਾਇਆ ਹੋਇਆ। ਕਈ ਵਾਰ ਅਸੀਂ ਸਟੇਜਾਂ 'ਤੇ ਆਮ ਪੁਰਾਣੇ ਸਿੰਗਰਾਂ ਨੂੰ ਦੇਖਦੇ ਹਾਂ, ਦੀਂਹਦਾ ਨਹੀਂ ਸੀ ਹੁੰਦਾ, ਹੈ ਨਾ? ਦੇਖਦੇ ਨਹੀਂ, ਚਮਕੀਲਾ ਅਕਸਰ ਮੂੰਹ 'ਚ ਉਂਗਲੀ ਪਾਈ ਰੱਖਦਾ ਸੀਗਾ, ਇਹਦੇ ਨਾਲ ਉਂਗਲ ਮਤਲਬ ਅੜਕਦੀ ਨਹੀਂ ਹੈਗੀ, ਕਈ ਵਾਰੀ ਨਾ ਇਹਦੇ 'ਚ ਫਸ ਜਾਂਦਾ, ਨਹੀਂ ਵੱਜਦਾ, ਜਾਂ ਨਾ ਇਹ ਖਾ ਵੀ ਜਾਂਦੀ ਹੈ ਨਾ? ਹਾਂਜੀ, ਆਪਾਂ ਸਾਰੀਆਂ ਗੱਲਾਂ ਕਰ ਲਈਆਂ। ਆਹ ਜਿਹੜੀ ਉੱਪਰ ਇਹ ਗੀਟੀ ਆ, ਇਹਦੀ ਗੱਲ ਨਹੀਂ ਕੀਤੀ, ਇਹ ਬਹੁਤ ਬਰੀਕ ਆ, ਜਿਹੜੀ ਮੇਰੇ ਕੋਲ ਆ ਉਹਦੇ 'ਤੇ ਲੱਕੜ ਦਾ ਚਾੜਿਆ, ਇਹ ਕਾਹਦੀ ਆ? ਮੈਨੂੰ ਇਹ ਲੱਕੜ ਦੀ ਤਾਂ ਲੱਗ ਨਹੀਂ ਰਹੀ ਮਾਸਟਰ ਜੀ। ਇਹ ਗੱਲ ਇਸ ਤਰ੍ਹਾਂ ਜੀ, ਇੱਕ ਵਾਰ ਦੀ ਗੱਲ ਹੈ, ਸੰਗਤਾਰ ਭਾਅ ਜੀ, ਉਹ ਮਨਮੋਹਣ ਬਾਰ ਸੋਹਣਾ ਕੋਲ ਤੂੰਬੀਆਂ, ਤਕਰੀਬਨ ਮੇਰੇ ਕੋਲ 40-50 ਤੂੰਬੀਆਂ, ਉਹਨਾਂ ਨੂੰ ਮੈਂ ਬਣਾ ਕੇ ਦਿੱਤੀਆਂ ਨੇ ਜੀ। ਉਹਨਾਂ ਨੇ ਸਟਾਰਟਿੰਗ ਮੇਰੇ ਤੋਂ ਕੀਤੀ, ਮੈਂ ਹੀ ਉਹਨੂੰ ਪਹਿਲੀ ਤੂੰਬੀ ਉਹਨਾਂ ਨੂੰ ਮੈਂ ਬਣਾ ਕੇ ਦਿੱਤੀ, ਉਸ ਤੋਂ ਬਾਅਦ ਜਿੰਨੀਆਂ ਵੀ ਤੂੰਬੀਆਂ ਉਹਨਾਂ ਨੇ ਸੰਗਤਾਰ ਨੇ ਵਜਾਈਆਂ, ਸਾਰੀਆਂ ਮੇਰੇ ਹੱਥਾਂ ਨੇ ਬਣੀਆਂ ਨੇ। ਸੰਗਤਾਰ ਭਾਅ ਜੀ ਵੀ ਤੂੰਬੀ ਥੋੜ੍ਹੀ ਤਿਆਰ ਕੀਤੀ, ਪਹਿਲੀ ਪਲੇਠੀ ਤੁਸੀਂ ਭੇਜੀ? ਹਾਂਜੀ ਹਾਂਜੀ, ਕਿਆ ਬਾਤ ਹੈ ਮਾਸਟਰ ਜੀ। ਅਤੇ ਮਾਸਟਰ ਜੀ ਜੋ ਹੋਏ ਫਿਰ ਭੇਜਣੀ ਸੀ? ਹਾਂਜੀ ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ, ਸੰਗਤਾਰ ਕਹਿਣ ਲੱਗਾ ਜੀ ਆਹ, ਮੈਂ ਕਿਹਾ ਸੰਗਤਾਰ ਵੀ ਆਹ ਜਿਹੜੀ ਘੋੜੀ ਹੈ 4-5 ਸੌ ਸਾਲ ਪੁਰਾਣੀ ਹੈ,
ਇਹ ਐਟ ਪ੍ਰੈਜ਼ੈਂਟ ਆ ਜਿਹੜੀ ਆਪਾਂ ਦੇਖ ਰਹੇ ਹਾਂ। ਹਾਂਜੀ ਹਾਂਜੀ। ਅੱਛਾ ਉਹ ਕਹਿੰਦਾ 4-5 ਸਾਲ ਪੁਰਾਣੀ ਕਿਵੇਂ ਆ? ਤਾਰਾ ਜੀ ਤੁਹਾਡੀ ਉਮਰ ਕਿੰਨੀ ਹੈ? ਮੈਂ ਕਿਹਾ ਮੇਰੀ ਹੈਗੀ 60-62-63 ਸਾਲ ਦੀ। ਹਾਂ ਇਹ ਕਹਿੰਦਾ ਫਿਰ ਇਹ ਗੀਟੀ ਕਿੱਥੋਂ ਆ ਗਈ 4-5 ਸਾਲ ਪੁਰਾਣੀ? ਮੈਂ ਕਿਹਾ ਗੱਲ ਇਹ ਆ ਵੀ ਮੈਂ ਪੰਜਾਬ ਪੁਲਿਸ 'ਚ ਨੌਕਰੀ ਕਰਦਾ, ਬਹਾਦਰਗੜ੍ਹ ਕਿਲ੍ਹੇ 'ਚ ਸਾਡੀ ਡਿਊਟੀ ਹੈ। ਉੱਥੇ ਕਿਲ੍ਹੇ ਦੇ ਨਾਲ ਦੁਆਲੇ ਜਿਹੜੇ ਪਿੰਡ ਨੇ ਥੇ ਹੋਏ ਨੇ, ਉਹ ਗੁਰੂ ਤੇਗ ਬਹਾਦਰ ਵੇਲੇ ਦਾ ਕਿਲ੍ਹਾ ਬਣਾਇਆ ਹੈ। ਆਲੇ ਦੁਆਲੇ ਜਿਹੜੇ ਪਿੰਡ ਥੇ ਹੋ ਗਏ ਉਹ ਉੱਥੇ ਜਿਹੜੇ ਗੀਟੀਆਂ ਪਈਆਂ ਸੀ ਹੈ ਨਾ ਬਹਾਦਰਗੜ੍ਹ 'ਚ, ਬਹਾਦਰਗੜ੍ਹ ਕਿਲ੍ਹੇ 'ਚ, ਹੁਣ ਉਹਨਾਂ 'ਤੇ ਮੀਂਹ ਹਨੇਰੀਆਂ ਝੱਖੜੇ ਨੇ ਝਲਕੇ ਗਏ ਨੇ, ਉਹ ਜਿਹੜੀ ਪੱਕੀ ਗੀਟੀ ਸੀ ਉਹ ਪੱਕੀ ਰਹਿ ਗਈ, ਬਾਕੀ ਜਿਹੜੇ ਕੱਚੀਆਂ ਪੀਲੀਆਂ ਉਹ ਧਰਗੀਆਂ ਬਹਿ ਗਈ। ਉਹ ਚੀਜ਼ ਮੈਂ ਹੁਣ 4-5 ਸਾਲ ਦੀ ਤਾਂ ਉਹ ਮਸਾਂ ਘਰ ਘਾਹ ਸਹਾ ਕੇ ਮਸਾਂ ਉਹ ਤਿਆਰ ਕਰੇ, ਜਦੋਂ ਫਿਰ ਉਹ ਇੱਕ ਤੂੰਬੀ 'ਚ ਪਾਈ ਸੀ ਇਹਦੀ ਆਵਾਜ਼ ਤਾਂ ਫਿਰ ਕਿਆ ਪਤਾ ਐਂ ਟਣਕਦੀ ਸੀ ਆਵਾਜ਼। ਅੱਛਾ ਸਾਰਾ ਇਸ ਗੀਟੀ ਦਾ ਕਮਾਲ ਆ ਦੋਸਤੋ। ਇਹ ਗੀਟੀ 4-5 ਸਾਲ ਪੁਰਾਣੀ ਮਾਸਟਰ ਜੀ ਨੇ ਬਹਾਦਰਗੜ੍ਹ ਕਿਲ੍ਹੇ 'ਚੋਂ ਇਕੱਠੀਆਂ ਡਿਊਟੀ ਪੰਜਾਬ ਪੁਲਿਸ ਦੌਰਾਨ ਇਕੱਠੀਆਂ ਕੀਤੀਆਂ। ਹਾਂਜੀ ਹਾਂਜੀ ਹਾਂਜੀ, ਕੀ ਬਾਤ ਹੈ! ਇਹ ਇਸ ਗੀਟੀ ਦਾ ਇਤਿਹਾਸ ਤੁਸੀਂ ਦੱਸ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਇਹ ਗੀਟੀ ਹੈ। ਫਿਰ ਗੀਟੀਆਂ ਫਿਰ ਇਸ ਟਾਈਮ ਮਾਸਟਰ ਜੀ, ਫਿਰ ਉਸਨੂੰ ਮੈਂ ਕਿਹਾ ਇੱਦਾਂ ਦੇਖ, ਇੱਕ ਗੀਟੀ ਆ, ਇੱਕ ਗੀਟੀ ਹੋਰ ਆਮ ਘੜੇ ਦੀ। ਅੱਛਾ ਉਹ ਘੜ ਕੇ ਮੈਂ ਬਣਾ ਕੇ, ਮੈਂ ਕਿਹਾ ਵੀ ਇਹ ਪਾਈ ਗੀਟੀ ਅਤੇ ਉਹ ਪਾਈ, ਦੋਨਾਂ ਦੀ ਫਿਰ ਅੰਤਰ ਦੇਖਿਆ। ਕਹਿੰਦਾ ਹਾਂਜੀ ਉਸਤਾਦ ਜੀ, ਕਹਿੰਦਾ ਇਹ ਗੀਟੀ ਜਿਹੜੀ ਹੈਗੀ ਇਹਦੀ ਆਵਾਜ਼ ਟਣਕਦੀ ਹੈ ਅਤੇ ਉਹ ਗੀਟੀ ਹੈ ਉਹ ਪਿੱਲੀ, ਪਿੱਲਾ ਬੋਲਦੀ ਆ ਕਿਉਂਕਿ ਮੀਂਹ ਝੱਖੜ ਝੇਰੀਆਂ ਉਹਤੇ ਆ ਕੇ ਉਹ ਪਾਣੀ ਲੱਗਿਆ ਵੀ ਹੁੰਦਾ। ਬਿਲਕੁਲ, ਸੋ ਇਹਦਾ ਇਹ ਇਤਿਹਾਸ ਹੈ। ਅਤੇ ਗੀਟੀ ਜਦੋਂ ਵੀ ਪਾਓਗੇ ਤਾਂ ਇਹ ਇਹ ਗੀਟੀ ਘੜੇ ਦੀ ਠੀਕਰੀ ਦੀ ਗੀਟੀ ਉਹੀ ਵੱਜਦੀ ਆ ਤੂੰਬੀ 'ਚ, ਇਹਦੀ ਮਿਠਿਆਸ ਇਹਦੀ ਟਿਊਨ ਬਣਨੀ ਆ। ਅਤੇ ਲੱਕੜ ਦੀ, ਲੱਕੜ ਦੀ ਉਹ ਤਾਂ ਟਾਈਮ ਪਾਸ ਆ, ਟਾਈਮ ਪਾਸ ਆ। ਹਾਂਜੀ ਉਹ ਤਾਂ ਉਹਨੂੰ ਅਸੀਂ ਕਹਿੰਦੇ ਹਾਂ, ਕਹਾਂਗੇ ਨਹੀਂ, ਲੇਕਿਨ ਜਦੋਂ ਅਧਿਕ ਗੀਟੀ ਆ ਨਾ, ਠੀਕਰੀ ਦੀ ਗੀਟੀ ਬਣੀ ਪਾਈ ਹੈ ਨਾ, ਇਸੇ ਹੀ ਨਹੀਂ ਬੋਲਣਾ ਇਹਦੇ 'ਚ। ਕਿਆ ਬਾਤ ਹੈ! ਇਸੇ ਨੇ ਹੀ ਬੋਲਣਾ। ਅਤੇ ਇਹ ਗੀਟੀ ਬੋਲਦੀ ਵੀ ਆ ਅਤੇ ਤੂੰਬਾ ਬੋਲਦਾ, ਤੂੰਬਾ ਨਹੀਂ ਵੱਜਦਾ ਤਾਰ ਬਿਨਾਂ। ਤਾਰ ਦਾ ਵੀ ਅੱਜ ਸਾਰੀ ਗੱਲਬਾਤ ਹੋ ਗਈ, ਗੀਟੀ ਦੀ ਵੀ ਗੱਲਬਾਤ ਹੋ ਗਈ ਅਤੇ ਡੰਡੀ ਦੀ ਵੀ ਗੱਲਬਾਤ ਹੋ ਗਈ ਅਤੇ ਕੱਦੂ ਦੀ ਵੀ ਗੱਲਬਾਤ ਹੋ ਗਈ। ਮਾਸਟਰ ਜੀ ਰਹਿ ਕਿਹੜੀ ਗੱਲ ਗਈ? ਬਸ ਰਹਿ ਤਾਂ ਹੁਣ ਇਹ ਕੰਪਲੀਟ ਸਾਰਾ ਕੁਛ ਮਿਲ ਮਿਲਾ ਕੇ ਪੂਰਾ ਮੈਟਰ ਤਿਆਰ ਹੋ ਕੇ ਇੱਕ ਇੱਕ ਤੂੰਬੀ ਦੇ ਰੂਪ 'ਚ ਤੁਹਾਡੇ ਸਾਹਮਣੇ। ਕਿਆ ਬਾਤ ਹੈ! ਤੂੰਬੀ ਦੇ ਰੂਪ 'ਚ ਸਾਡੇ ਸਾਹਮਣੇ ਆ। ਮਾਸਟਰ ਜੀ ਅੱਜ ਕੱਲ੍ਹ ਤੁਸੀਂ ਜਿਹੜੀ ਲੈ ਕੇ ਆਏ ਹੋ ਪ੍ਰਭੂ ਵਾਲਿਆਂ ਦੀ ਦੁਕਾਨ 'ਤੇ, ਉਹਦੇ ਵਿੱਚ ਸੁਰਾਂ ਨੇ, ਉਹ ਵੀ ਸਾਨੂੰ ਦਿਖਾ ਦਿਓ ਮਾੜਾ ਜਿਹਾ ਸੁਰਾਂ ਵਾਲੀ ਤੂੰਬੀ। ਦੂਸਰੀ ਤੂੰ ਵੀ ਲੈ ਚੱਕੇ, ਆਪਾਂ ਉਹ ਕਰਤਾ ਬੰਦ ਕਰਤਾ। ਉਹ ਵੀ ਪੁੱਛਾਂਗੇ ਕਿਉਂ ਚਿੰਤਾ ਕਰਦਾ। ਮੈਂ ਪ੍ਰਭੂ ਮੀਟ ਦਾ ਦੁਕਾਨ ਤੇ ਬੈਠਾ ਨਾ, ਤੇ ਮੈਂ ਬੜਾ ਧੰਨਵਾਦ ਆ, ਹਜੇ ਚੱਲ ਨਹੀਂ ਰਿਹਾ ਪ੍ਰਭੂ ਮੀਟ। ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਨਾ, ਇਹਨਾਂ ਦੇ ਪਿਤਾ ਜੀ ਪ੍ਰਭੂ ਜੀ, ਪ੍ਰਭੂ ਦਿਆਲ ਜੀ, ਉਹ ਉਹ ਸਾਹਮਣੇ ਬੈਠੇ ਹੁੰਦੇ ਸੀ। ਇਹ ਦੁਕਾਨ ਨਹੀਂ ਸੀ ਹੁੰਦੀ, ਐਵੇਂ ਛੋਟਾ ਜਿਹਾ ਹੁੰਦਾ ਸੀ। ਇਹ ਦੁਕਾਨ ਦਾ ਇੱਕ ਹੋਰ ਸਵਾਲ ਵੀ ਬਣਦਾ ਵੀ ਕਿੰਨੇ ਕੁ, ਮੈਂ ਸੁਣਦਾ ਸੀ ਪ੍ਰਭੂ ਵਾਲਿਆਂ ਬਾਰੇ, ਇਹ ਕਿੰਨੇ ਕੁ ਪੁਰਾਣੀ ਦੁਕਾਨ ਆ ਮਾਸਟਰ? ਬਹੁਤ ਪੁਰਾਣੀ ਦੁਕਾਨ ਆ ਜੀ, 1960 ਤੋਂ ਪਹਿਲਾਂ ਦੀ ਹੈ। 1960 ਤੋਂ ਪਹਿਲਾਂ ਦੀ ਆ? ਹਾਂਜੀ। ਕਿਆ ਬਾਤ ਹੈ! ਇਹ ਪਲੇਠੀ ਦੁਕਾਨ ਹੁੰਦੀ ਸੀ ਲੁਧਿਆਣੇ? ਪਲੇਠੀ ਦੁਕਾਨ ਇਹੀ ਹੁੰਦੀ ਸੀ, ਹੁਣ ਤਾਂ ਬਹੁਤ ਆ ਗਿਆ ਦੁਆਲੇ। ਹਾਂਜੀ ਹੁਣ ਤਾਂ ਦੁਕਾਨ, ਹੁਣ ਇਹਨਾਂ ਦੇ ਬੱਚੇ ਗਾਹਾਂ ਪ੍ਰਭੂ ਜੀ ਦੇ ਪੋਤੇ ਪੋਤੇ ਅੱਗੇ ਸਾਰੇ ਬੇਟੇ, ਉਹ ਵੀ ਬੇਟਾ ਬੈਠਾ ਉੱਧਰ ਬੈਠਾ, ਉਹਨਾਂ ਦੇ ਗਾਹਾਂ ਪੁੱਤ ਪੋਤੇ, ਇਹਨਾਂ ਨੇ ਬ੍ਰਾਂਚਾਂ ਆਪਦੀਆਂ ਬਣਾ ਲਈਆਂ ਹੋਈਆਂ ਨੇ, 4-5 ਦੁਕਾਨਾਂ ਹੁਣ ਬਣ ਗਈਆਂ। ਅੱਛਾ ਜਿਹੜੀ ਪ੍ਰਭੂ ਦੀ, ਅਸੀਂ ਇੱਥੇ ਆ ਕੇ ਉਹਨਾਂ ਦੇ ਪੈਰੀ ਚਰਨੀ ਹੱਥ ਲਾਉਣਾ, ਇੱਥੇ ਉਹਨਾਂ ਕੋਲ ਤਾਰ ਲੈ ਕੇ ਜਾਣੀ, ਫਿਰ ਤੂੰਬੀਆਂ ਸਮਾਨ ਲੈ ਕੇ ਜਾਣਾ, ਬਣਾ ਲੈਣੀ ਤੂੰਬੀ, ਅਤੇ ਇੱਥੇ ਇਹਨਾਂ ਦੇ ਬੈਠ ਕੇ ਇਹਨਾਂ ਤੋਂ ਬਹੁਤ ਕੁਛ ਸਿੱਖਿਆ ਸੀ। ਅਤੇ ਜਿੰਨੇ ਵੀ ਭਰਾ ਨੇ ਸਾਰਿਆਂ ਨਾਲ ਆਪਣਾ ਸਹਿਯੋਗ ਆ, ਮਤਲਬ ਪ੍ਰਭੂ ਵਾਲਿਆਂ ਦਾ ਬਹੁਤ। ਹਾਂ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਹੈ, ਕੱਲ੍ਹ ਤਾਰ ਵਗੈਰਾ ਜੋ ਵੀ ਹੁੰਦੀ, ਇੱਥੋਂ ਸਾਨੂੰ ਹਰ ਚੀਜ਼ ਦੀ ਸਹੂਲਤਾਂ ਮਿਲਦੀ। ਮਾਸਟਰ ਜੀ ਮੈਨੂੰ ਪ੍ਰਭੂ ਵਾਲਿਆਂ ਨੇ ਹੋਰ ਵੀ ਗੱਲ ਦੱਸੀ, ਉਹ ਕਹਿੰਦੇ ਮਾਸਟਰ ਜੀ ਅਲਗੋਜ਼ੇ ਵੀ ਬਜਾ ਲੈਂਦੇ ਆ, ਅਤੇ ਜੇ ਤੁਹਾਡੇ ਕੋਲ ਭਾਈ ਅਲਗੋਜ਼ੇ ਤਿਆਰ ਪਏ ਆ ਤਾਂ ਜ਼ਰੂਰ ਅਸੀਂ ਇੱਕ ਅਲਗੋਜ਼ਿਆਂ ਦੀ ਆਵਾਜ਼ ਮਾਸਟਰ ਜੀ ਤੋਂ ਸੁਣਨੀ ਚਾਹਾਂਗੇ, ਕਿਉਂਕਿ ਇਹ ਲੋਪ ਹੁੰਦੇ ਜਾ ਰਿਹਾ ਮਾਸਟਰ ਜੀ, ਸਾਡੇ ਰਵਾਇਤੀ ਸਾਜ਼ ਨੇ ਇਹ, ਤੂੰਬੀ ਹੋ ਗਈ, ਅਲਗੋਜ਼ੇ ਹੋ ਗਏ, ਅਤੇ ਇਹਨਾਂ ਦਾ ਕਾਰਨ ਕੀ ਹੈ ਮਾਸਟਰ ਜੀ? ਵਜਾਉਣੇ ਨਹੀਂ ਆਉਂਦੇ ਜਾਂ ਸਿੱਖਦੇ ਨਹੀਂ ਹੈਗੇ? ਲੋਕ ਸਿੱਖਦੇ ਨਹੀਂ ਜੀ, ਇਹ ਤੁਹਾਡੇ ਕੋਈ ਸਟੂਡੈਂਟ ਆ ਰਿਹਾ ਤੁਹਾਡੇ ਕੋਲ? ਬਿਲਕੁਲ ਬਿਲਕੁਲ, ਇਹ ਅਲਗੋਜ਼ੇ ਨਹੀਂ ਜੀ ਹੈਗੇ, ਇਹ ਤਾਂ ਬੰਸਰੀਆਂ ਨੇ। ਇਹ ਤਾਂ ਬੰਸਰੀਆਂ ਨਿਕਲੀਆਂ ਭਾਈ, ਅਲਗੋਜ਼ੇ ਨਹੀਂ ਹੈਗੇ? ਅਲਗੋਜ਼ੇ ਹੀ ਆ, ਅਲਗੋਜ਼ੇ ਹੀ ਆ ਮਾਸਟਰ ਜੀ ਤਾਂ ਕਹਿੰਦੇ। ਇਹ ਨਹੀਂ ਚੱਲਣੀ ਮੇਰੇ ਹੱਥ 'ਚ, ਇਹ ਨਹੀਂ ਚੱਲਣੀ, ਕਿਉਂਕਿ ਮੈਨੂੰ ਅਲਗੋਜ਼ੇ ਚਾਹੀਦੇ, ਅਲਗੋਜ਼ੇ ਵੱਜਣਗੇ। ਅਲਗੋਜ਼ੇ ਦੇ ਉਹ ਭਾਈ, ਦੇਖੋ ਪ੍ਰਭੂ ਵਾਲਿਆਂ ਦੀ ਦੁਕਾਨ ਤੇ ਬੈਠੇ ਆ, ਅਲਗੋਜ਼ੇ ਪ੍ਰੈਜ਼ੈਂਟ ਕਰੋ ਸਾਡੇ ਕੋਲੇ ਮਾਸਟਰ ਜੀ ਨੇ। ਦੁਕਾਨ ਦੀ ਬੇਇੱਜ਼ਤੀ ਨਾ ਕਰਾਓ, ਇਹ ਨਹੀਂ ਇੱਦਾਂ ਨਹੀਂ ਗਾ, ਜੇ ਤੁਸੀਂ ਬਾਂਸਰੀ ਨੂੰ ਅਲਗੋਜ਼ੇ ਕਹੋਗੇ ਤੇ ਚੰਗੀ ਨਹੀਂ ਗੱਲ ਲੱਗੂ, ਠੀਕ ਨਹੀਂ? ਠੀਕ ਆ, ਨਹੀਂ ਵਿਕ ਗਏ ਹੈ ਨਹੀਂ, ਰੱਖਦੇ ਨੇ, ਰੱਖਦੇ ਨੇ, ਇਹਨਾਂ ਕੋਲੇ ਵਿਕ ਗਏ ਹੋਏ ਨੇ, ਠੀਕ ਨਹੀਂ? ਮੈਂ ਵੀ ਕਿਸ ਟਾਈਮ ਇੱਥੋਂ ਹੀ ਖਰੀਦਦਾ ਸੀ ਅਲਗੋਜ਼ੇ, ਇਹਨਾਂ ਕੋਲੇ ਮੈਂ ਸਿੱਖੇ ਇੱਥੋਂ ਹੀ ਅਲਗੋਜ਼ੇ ਲੈਂਦੇ ਰਹੇ ਹਾਂ।
ਪੁਰਾਣੀ ਤੇ ਦੁਕਾਨ ਹੈ ਪਲੇਠੀ ਐਸੀ ਦੁਕਾਨ ਆ ਉਹਨਾਂ ਸਮਿਆਂ ਦੀ ਜਦੋਂ ਇੱਥੇ ਮਾਸਟਰ ਜੀ ਕਿਹੜਾ ਕਿਹੜਾ ਸਿੰਗਰ ਇੱਥੇ ਪਹਿਲਾਂ ਲੁਧਿਆਣੇ ਨਾਲ ਹੀ ਬੱਸ ਅੱਡਾ ਤੇ ਇੱਥੇ ਸਾਰੇ ਸਿੰਗਰਾਂ ਦੇ ਦਫ਼ਤਰ ਹੁੰਦੇ ਸੀ ਜਿੰਨੇ ਵੀ ਸਿੰਗਰ ਨੇ ਤਾਰ ਲੈਣੀ ਤੂੰਬੀ ਤੇ ਗਾਉਣ ਵਾਲੇ ਜਿੰਨੇ ਵੀ ਸਿੰਗਰ ਨੇ ਤਾਰਾਂ ਇੱਥੋਂ ਜਾਂਦੀਆਂ ਇੱਥੋਂ ਹੀ ਤੂੰਬੀਆਂ ਜਾਂਦੀਆਂ ਸੀ ਕਿਆ ਬਾਤ ਹੈ ਜਾਂ ਕਈਆਂ ਨੂੰ ਮੈਂ ਤੂੰਬੀਆਂ ਬਣਾ ਕੇ ਦਿੰਦਾ ਹੁੰਦਾ ਸੀ ਹੁਣ ਰਮਲਾ ਜੀ ਕੋਲ ਤੂੰਬੀ ਮੇਰੇ ਹੱਥਾਂ ਦੀ ਬਣੀ ਹੋਈ ਸੀ ਉਹ ਜਦੋਂ ਵਜਾਉਂਦੇ ਸੀ ਉਹਨਾਂ ਦਾ ਰੌਲਾ ਵੀ ਪੈ ਗਿਆ ਸੀ ਤੂੰਬੀ ਦਾ ਜਦੋਂ ਰਮਲਾ ਜੀ ਦੀ ਡੈਥ ਹੋਈ ਹੈ ਨਾ ਉਹ ਕਹਿੰਦੇ ਉਹ ਰਾਣੀ ਕਹਿੰਦੀ ਮੇਰੀ ਮੈਂ ਤੂੰਬੀ ਰੱਖਣੀ ਹੈ ਉਹਦੇ ਬੱਚੇ ਉਹ ਕਹਿੰਦੇ ਅਸੀਂ ਰੱਖਣੀ ਹੈ ਮੈਂ ਕਿਹਾ ਭਾਈ ਤੂੰਬੀ ਮੇਰੀ ਬਣਾਈ ਹੈ ਜਾਂ ਤਾਂ ਮੈਥੋਂ ਇੱਕ ਹੋਰ ਬਣਾਓ ਜਾਂ ਫਿਰ ਮੈਨੂੰ ਵਾਪਸ ਦੇ ਦਿਓ ਕਿਆ ਬਾਤ ਹੈ ਇਹ ਮਾਸਟਰ ਜੀ ਨਾਲ ਖਾਸੀਆਂ ਗੱਲਾਂ ਨੇ ਮਾਸਟਰ ਜੀ ਜੇ ਆਪਾਂ ਮੈਨੂੰ ਲੱਗਦਾ ਸਾਰੀਆਂ ਪੋਤੜੇ ਫਰੋਲ ਦੀ ਪਿੱਛੇ ਵਾਲੇ ਅਤੇ ਖਾਸਾ ਆਪਣਾ ਲੰਬਾ ਐਪੀਸੋਡ ਚੱਲਿਆ ਜਾਣਾ ਅਤੇ ਜੱਸੋਵਾਲ ਬਾਪੂ ਨਾਲ ਵੀ ਤੁਹਾਡਾ ਰਾਬਤਾ ਰਿਹਾ ਅਤੇ ਕਹਿੰਦੇ ਮਾਸਟਰ ਦੀ ਉਹਦੇ ਮਨਮੋਹਨ ਸਿੰਘ ਦੇ ਮੇਲੇ 'ਤੇ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ 'ਤੇ ਅਸੀਂ ਸਦੀਕ ਸਾਹਿਬ ਜਸਦੇਵ ਜਮਲਾ ਜੀ ਅਤੇ ਉਹ ਦੋਨਾਂ ਕੋਲ ਹੱਥਾਂ ਦੇ ਤੂੰਬੀ ਸੀ ਮੈਂ ਉਹਨਾਂ ਦੇ ਵਿਚਾਲੇ ਲੋਕ ਜੇ ਲੈ ਕੇ ਖਲੋਤਾ ਸੀ 4-5 ਮਿੰਟ ਦੀ ਸਾਡੀ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ 'ਤੇ ਇੰਟਰੀ ਸੀ ਤਿੰਨਾਂ ਜਣਿਆਂ ਨੇ ਅਸੀਂ ਮਿਊਜ਼ਿਕ ਧੁਨਾਂ ਵਜਾਈਆਂ ਸੀ ਜਿਹੜਾ ਬੰਦਾ ਰਿਕਾਰਡ ਚਮਕੀਲਾ ਹੋਣਾ ਰਿਕਾਰਡ ਹੋ ਗਿਆ ਇੱਕ ਵਾਰੀ ਤੇ ਉਹ ਚੱਲ ਗਿਆ ਗੀਤ ਅੱਜ ਚਮਕੀਲੇ ਦੀ ਬੱਲੇ ਬੱਲੇ ਹੋ ਗਈ ਸੀ ਉਸ ਤੋਂ ਬਾਅਦ ਜੋ ਲਿਖਾ ਕੇ ਲਿਆ ਉਹ ਤਾਂ ਪਰਮਾਤਮਾ ਦੀ ਖੇਡ ਹੈ ਮਿਲੇ ਵੀ ਹੋ ਮਾਸਟਰ ਜੀ ਚਮਕੀਲਾ ਜੀ ਨਾਲ ਕੋਈ ਮੈਂ ਤਾਂ ਅਸੀਂ ਤਾਂ ਤਾਂਸ ਖੇਡਦੇ ਰਹੇ ਇਕੱਠੇ ਮੇਰੇ ਤੋਂ 5 ਸਾਲ ਛੋਟਾ ਸੀ ਕਿਆ ਬਾਤ ਹੈ ਅਸੀਂ ਇਕੱਠੇ ਤਾਂਸ ਖੇਡਦੇ ਰਹੇ ਹਾਂ ਉੱਥੇ ਫਿਰ ਭਾਵੇਂ ਕਈ ਵਾਰ ਅਸੀਂ ਜਿੱਤ ਜਾਣਾ ਉਹਨੇ ਕਿਹਾ ਚਾਹ ਮੰਗਾਓ ਚਾਹ ਦੀ ਸ਼ਰਤ ਲਾਉਣੀ ਉਹਨਾਂ ਦੇ ਨਾਲ ਚਾਹ ਹੁੰਦਾ ਜਦੋਂ ਦੇਖਿਆ ਵੀ ਵਿਹਲੇ ਹਾਂ ਉਦੋਂ ਤਾਂਸ ਖੇਡਣੀ ਤਾਂ ਪ੍ਰੋਗਰਾਮ ਚਲੋ ਵੀ ਚਲੋ ਭੱਜ ਭੱਜ ਹੋ ਜਾਂਦੀ ਸੀ ਉਹਨਾਂ ਨੇ ਨਾਲ ਕੋਈ ਪ੍ਰੋਗਰਾਮ ਤੇ ਗਏ ਚਮਕੀਲਾ ਸਿੰਧਾ ਜੀ ਦੇ ਸਗਿਰਦ ਸੀ ਅਸੀਂ ਉੱਥੇ ਇਕੱਠੇ ਬੈਠੇ ਹੁੰਦੇ ਸੀ ਲਿਖਦਾ ਬਹੁਤ ਵਧੀਆ ਸੀ ਉਦੋਂ ਇਹਦੀ ਰਿਕਾਰਡਿੰਗ ਨਹੀਂ ਸੀ ਆਈ ਸੀ ਅਸੀਂ ਉਦੋਂ ਇਕੱਠੇ ਬੈਠ ਕੇ ਚਾਹ ਚੁਬੀ ਦੇ ਉੱਤੇ ਹੁੰਦੇ ਕੋਈ ਗਾਣਾ ਉਹਨਾਂ ਦਾ ਆਪਾਂ ਪਹਿਲਾਂ ਕਾਫੀ ਬਜਾਏ ਕੋਈ ਐਸਾ ਗਾਣਾ ਹੈਗਾ ਜਿਹੜਾ ਤੁਹਾਨੂੰ ਯਾਦ ਹੋਵੇ ਜਿਹੜਾ ਰਿਕਾਰਡ ਹੀ ਨਾ ਹੋਇਆ ਹੋਵੇ ਕੁਛ ਐਸੀ 17 ਜਿਹੜੀਆਂ ਚਮਕੀਲਾ ਛੇੜਦਾ ਸੀ ਜਾਂ ਗਾਉਂਦਾ ਸੀ ਚਮਕੀਲੇ ਦੇ ਗੀਤ ਤੇ ਉਹਦੇ ਆਪਦੇ ਲਿਖੇ ਸੀ ਤਕਰੀਬਨ ਸਾਰੇ ਉਹਦੇ ਗੀਤ ਬਹੁਤ ਨੇ ਜਿਹੜੇ ਰਿਕਾਰਡ ਨਹੀਂ ਹੋਏ ਹੋਏ ਹਜੇ ਪਰ ਉਹਨਾਂ ਉਹ ਤਾਂ ਹੀ ਸਾਹਮਣੇ ਆਉਣਗੇ ਜੇ ਉਹ ਰਿਕਾਰਡ ਹੋਣਗੇ ਜਾਂ ਕੋਈ ਉਹਨਾਂ ਨੂੰ ਗਾਊਗਾ ਉਹਨਾਂ ਦਾ ਬੇਟਾ ਗਾਉਂਦਾ ਪਰ ਉਹ ਗੱਲ ਹੀ ਨਹੀਂ ਬਣੀ ਚਲੋ ਆਪੋ ਆਪਣੀ ਜਗ੍ਹਾ 'ਤੇ ਹਰ ਕੋਈ ਬੰਦਾ ਮਤਲਬ ਜਿਹੜਾ ਇੱਕ ਸਤੰਭ ਹੀ ਬਣ ਗਿਆ ਜਾਂ ਇੱਕ ਬਾਬਾ ਬੋੜੀ ਕਹਿ ਲਓ ਆਪਾਂ ਤੇ ਉਹਦੇ ਥੱਲੇ ਫਿਰ ਹੋਰ ਦਰਖਤ ਵੀ ਨਹੀਂ ਨਾ ਕਹਿੰਦੇ ਹੁੰਦੇ ਕਿਉਂਕਿ ਉਹਦੀ ਆਪਣੀ ਇੱਕ ਜਗ੍ਹਾ ਹੁੰਦੀ ਆ ਤੇ ਉਹਦੀ ਛਾਂ ਹੀ ਵੱਡੀ ਹੋ ਜਾਂਦੀ ਆ ਹਨੇਰੀ ਹੋ ਜਾਂਦੀ ਆ ਹਨਾ ਤੇ ਮਾਸਟਰ ਜੀ ਨਾਲ ਦੀ ਨਾਲ ਬਜਾਇਆ ਹੀ ਆ ਇਹ 'ਚ ਮਹਾਰਤ ਹੈ ਤੁਹਾਡੀ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਗਵਾਇਆ ਲੋਕਾਂ ਨੂੰ ਆਪ ਨਹੀਂ ਗਾਇਆ ਜੇ ਆਪ ਗਾਉਂਦੇ ਤਾਂ ਫਿਰ ਵਜਾਉਂਦੇ ਨਹੀਂ ਫਿਰ ਵਜਾ ਨਹੀਂ ਸਕਣਾ ਤੇ ਵਜਾਇਆ ਅਸੀਂ ਤੇ ਲੋਕਾਂ ਨੂੰ ਗਵਾਇਆ ਆਪ ਗਾ ਸਕਦੇ ਮੇਰੀ ਆਵਾਜ਼ ਵਧੀਆ ਹੁਣ ਮੈਨੂੰ ਹੁਣ ਵੀ ਕਹੀ ਜਾਂਦੇ ਨੇ ਲੋਕ ਬਹੁਤ ਕਹਿੰਦੇ ਨੇ ਉਸਤਾਦ ਜੀ ਤੁਸੀਂ ਆਪ ਹੀ ਜੇ ਗਾ ਲੈਂਦੇ ਮੈਂ ਕਿਹਾ ਫਿਰ ਇਹਨਾਂ ਕਲਾਕਾਰਾਂ ਨੂੰ ਕਿਹਨੇ ਗਵਾਉਣਾ ਸੀ ਰਿਕਾਰਡਿੰਗ 'ਚ ਕਿਹਨੇ ਵਜਾਉਣੇ ਸੀ ਲੋਕ 'ਚ ਕਿਹਨੇ ਵਜਾਉਣੇ ਸੀ ਸੋ ਇਹ ਗੱਲ ਹੈ ਜਿੱਥੇ ਜਿੱਥੇ ਜਿਵੇਂ ਜਿਵੇਂ ਮਾਲਕ ਨੂੰ ਮਨਜ਼ੂਰ ਹੈ ਉਹ ਉੱਥੇ ਉੱਥੇ ਉਹਨੂੰ ਕੰਮ ਦਿੰਦਾ ਉੱਥੇ ਉੱਥੇ ਰੱਖਦਾ ਜਿੱਥੇ ਮਾਲਕ ਰੱਖਦਾ ਇਹ ਰਹਿਣਾ ਪੈਂਦਾ ਰਹਿਣਾ ਪੈਂਦਾ ਕਿਆ ਬਾਤ ਹੈ ਅਤੇ ਮਾਸਟਰ ਜੀ ਨਾਲ ਸਾਡੀ ਗੱਲਬਾਤ ਹੋਈ ਅੱਜ ਤੂੰਬੀ ਦੇ ਵਿਸ਼ੇ 'ਤੇ ਔਰ ਤੂੰਬੀ ਬਾਰੇ ਜਾਣਿਆ ਔਰ ਇਹਦੀ ਸਾਰੀ ਜਿਹੜੀ ਤਾਰ ਤੋਂ ਲੈ ਕੇ ਡੰਡੇ ਤੱਕ ਔਰ ਕੱਦੂ ਤੋਂ ਲੈ ਕੇ ਆਹ ਗੀਟੀ ਤੱਕ ਦਾ ਇਤਿਹਾਸ ਮਾਸਟਰ ਜੀ ਨੇ ਦੱਸਿਆ ਅਤੇ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਮਾਸਟਰ ਜੀ ਉਹਨਾਂ ਨਾਲ ਵਿਚਰੇ ਬੜੇ ਸਿੰਗਰਾਂ ਨਾਲ ਵਿਚਰੇ ਅਤੇ ਅਸੀਂ ਅੱਜ ਉਹਨਾਂ ਨਾਲ ਵਿਚਰੇ ਅਤੇ ਤੁਸੀਂ ਅੱਜ ਹੁਣ ਸਾਡੇ ਨਾਲ ਵਿਚਰੋਗੇ ਅਤੇ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਅਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸ ਦਿਓ ਮਿੱਤਰੋ ਇੰਨੇ ਨਾਲ ਮੈਂ ਮਨਜੋਤ ਮਾਜਰਾ ਵਿਦਾ ਲੈਂਦਾ ਹਾਂ ਰੱਬੋਂ ਟੀਵੀ ਦੇਖ ਰਹੇ ਹੋ ਤੁਸੀਂ ਮੇਰੇ ਨਾਲ ਮੇਰੇ ਮਿੱਤਰ ਸਹਿਯੋਗੀ ਅਮਿਤ ਕੁਮਾਰ ਨੂੰ ਦਿਓ ਵਿਦਾ ਖਿਮਾ ਦੇ ਜਾਚਕਾਂ ਜੇ ਕੁਛ ਵੱਧ ਘੱਟ ਬੋਲਿਆ ਗਿਆ ਹੋਵੇ ਧੰਨਵਾਦ